ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 8 ਬਾਬਾ ਫਰੀਦ ਇਸ ਪਾਠ ਦੀ ਕਹਾਣੀ ਕਰਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ ਇਸ ਚੈਨਲ ਤੇ ਪਹਿਲਾਂ ਕਰਵਾਏ ਜਾ ਚੁੱਕੇ ਨੇ ਉਸ ਵੀਡੀਓ ਨੂੰ ਤੁਸੀਂ ਪਲੇਲਿਸਟ ਵਿੱਚੋਂ ਦੇਖ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਹੁਣ ਆਪਾਂ ਇਸ ਪਾਠ ਦੀ ਕਹਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਚੈਨਲ ਬਾਰੇ ਦੱਸੋ ਹੁਣ ਆਪਾਂ ਕਹਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ ਸ਼ੇਖ ਫਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਹੋਏ ਹਨ ਆਪ ਨੇ ਸਾਰੀ ਜ਼ਿੰਦਗੀ ਤਪ ਤਿਆਗ ਤੇ ਸਬਰ ਸੰਤੋਖ ਨਾਲ ਗੁਜ਼ਾਰੀ ਅਤੇ ਸਾਰੇ ਮਨੁੱਖਾਂ ਨੂੰ ਪਿਆਰ ਪ੍ਰੇਮ ਪਿਆਰ ਦਾ ਸਬਕ ਪੜਾਇਆ ਆਪ ਦਾ ਜਨਮ ਮਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲਉਦੀਨ ਦੇ ਘਰ ਮਾਤਾ ਕੁਰਸੂਮ ਦੀ ਕੋਖੋਂ 1173 ਈਸਵੀ ਵਿੱਚ ਹੋਇਆ ਮੁਢਲੀ ਵਿਦਿਆ ਹਾਸਲ ਕਰਕੇ ਮੁਢਲੀ ਵਿਦਿਆ ਹਾਸਲ ਕਰਕੇ ਆਪ ਮੁਲਤਾਨ ਚਲੇ ਗਏ ਉੱਥੇ 5-7 ਸਾਲ ਪੜਦੇ ਰਹੇ ਇੱਥੋਂ ਫਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੀ ਹਜ਼ਾਰ ਵੱਲ ਤਪੱਸਿਆ ਕਰਦੇ ਰਹੇ ਆਖਿਰ ਉਹਨਾਂ ਸਤਲੁਜ ਕੰਡੇ ਪਾਕ ਪਟਨ ਆ ਨਿਵਾਸ ਕੀਤਾ ਉਹਨਾਂ ਦੀ ਪਵਿੱਤਰ ਰੋਹਾਨੀ ਜ਼ਿੰਦਗੀ ਤੇ ਤਿਆਗ ਬਰਾਗ ਵਾਲੀ ਰਹਿਣੀ ਸਹਿਣੀ ਦੇਖ ਕੇ ਆਪ ਦੇ ਮੁਰਸ਼ਿਦ ਬਖਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਉਹਨਾਂ ਆਪਣੀ ਗੱਦੀ ਹੀ ਫਰੀਦੇ ਹਵਾਲੇ ਕਰ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹਨਾਂ ਲਗਾਤਾਰ 32 ਬਰੇ ਨਿਭਾਇਆ ਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮధుਰਤਾ ਦਾ ਉਪਦੇਸ਼ ਦਿੱਤਾ ਸ਼ੇਖ ਫਰੀਦ ਉੱਚੀ ਕਰਨੀ ਵਾਲੇ ਫਕੀਰ ਸਨ ਤੇ ਆਪ ਦਾ ਜੀਵਨ ਬੜਾ ਹੀ ਸਰਲ ਸਾਦਾ ਸਬਰ ਸੰਤੋਖ ਤੇ ਗਰੀਬੀ ਵਾਲਾ ਸੀ ਉਹ ਮਸਾਂ ਹੀ ਗੁਜ਼ਾਰਾ ਕਰਦੇ ਸਨ ਕੱਚਾ ਕੋਠਾ ਜਵਾਰ ਦੀ ਰੋਟੀ ਉਬਲੇ ਹੋਏ ਛੋਲੇ ਤੇ ਸਧਾਰਨ ਕੰਬਲੀ ਹੀ ਉਹਨਾਂ ਦੀ ਸਾਰੀ ਦੌਲਤ ਸੀ ਜੋ 12ਵਾਂ ਚੜਾਵਾ ਹੁੰਦਾ ਉਹ ਫਕੀਰਾਂ ਦੇ ਲੰਗਰ ਵਿੱਚ ਪਾ ਛੜਦੇ ਤੇ ਗਰੀਬਾਂ ਨੂੰ ਵੰਡ ਦਿੰਦੇ ਉਹਨਾਂ ਦਾ ਸੁਭਾ ਇਤਨਾ ਮਿੱਠਾ ਤੇ ਮਨਹੋਰ ਸੀ ਕਿ ਲੋਕ ਆਪ ਨੂੰ ਸ਼ਕਰਗੰਝ ਮਠਾਸ ਦਾ ਘਰ ਕਹਿ ਕੇ ਯਾਦ ਕਰਦੇ ਸਨ ਉਹ ਪਿਆਰ ਦੀ ਮੂਰਤ ਸਨ ਉਹ ਹਰ ਹਿੰਦੂ ਮੁਸਲਮਾਨ ਨੂੰ ਬਰਾਬਰ ਪਿਆਰ ਸਤਿਕਾਰ ਦਿੰਦੇ ਉਹ ਰੱਬੀ ਪਿਆਰ ਨਾਲ ਨਿਮਰਤਾ ਧਾਰਨ ਦੀ ਪ੍ਰੇਰਣਾ ਕਰਦੇ ਸਨ ਆਪ ਨੇ ਪੰਜਾਬੀ ਵਿੱਚ ਜੋ ਸ਼ਬਦ ਤੇ ਸਲੋਕ ਲਿਖੇ ਉਹ ਸਭ ਤੋਂ ਵੱਧ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਨ੍ਹਾਂ ਵਿੱਚ ਵੀ ਆਪਨੇ ਜੋ ਉਪਦੇਸ਼ ਦਿੱਤਾ ਉਹ ਇਹੋ ਹੈ ਕਿ ਸੱਚੇ ਧਰਮੀ ਪੁਰਸ਼ੋ ਹਨ ਜਿਨ੍ਹਾਂ ਦੇ ਹਿਰਦੇ ਮੁਹੱਬਤ ਨਾਲ ਭਰਪੂਰ ਹਨ ਦਿਲ ਹੈ ਮੁਹੱਬਤ ਜਿਨੇ ਸੇਈ ਸਚਿਆ ਦਿਲ ਹੈ ਮੁਹੱਬਤ ਜਿਨ ਸੇਈ ਸਚਿਆ ਜਿਨ ਮਨ ਹੋ ਹੋਰ ਮੁਖ ਹੋਰ ਸੀ ਕਾਂਡੇ ਕਟਿਆ ਉਹਨਾਂ ਸਿੱਖਿਆ ਦਿੱਤੀ ਕਿ ਸਭ ਨਾਲ ਪ੍ਰੇਮ ਪਿਆਰ ਕਰੋ ਤੇ ਸਭ ਦਾ ਭਲਾ ਮਨਾਓ ਜੇ ਕੋਈ ਬੁਰਾ ਵੀ ਕਰੇ ਤਾਂ ਵੀ ਪਲਾਈ ਬੜਾ ਵਿਹਾਰ ਕਰਕੇ ਉਹਨਾਂ ਦਾ ਦਿਲ ਜਿੱਤਣ ਦਾ ਯਤਨ ਕਰਨਾ ਨੇਕੀ ਹੈ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਤਨ ਮਨ ਸਦਾ ਖੁਸ਼ਹਾਲ ਰਹੇਗਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੜਾਈ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਈ ਇੱਕ ਵਾਰ ਇੱਕ ਸੱਜਣ ਫਰੀਦ ਜੀ ਪਾਸ ਕੈਂਚੀ ਲੈ ਕੇ ਆਇਆ ਤੇ ਉਸਨੇ ਸਿਫਤ ਕਰਦਿਆਂ ਕਿਹਾ ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ਬਹੁਤ ਤਿੱਖੀ ਹੈ ਇਸ ਦੀ ਤਾਰ ਬਹੁਤ ਸੋਹਣੀ ਲੱਗੀ ਹੋਈ ਹੈ ਤੇ ਬਹੁਤ ਸੋਹਣਾ ਕੱਟਦੀ ਹੈ ਬਾਬਾ ਫਰੀਦ ਜੀ ਨੇ ਕੈਂਚੀ ਉਸ ਦੇ ਹੱਥ ਵਿੱਚੋਂ ਲੈ ਲਈ ਤੇ ਉਸ ਨੂੰ ਚਾਰੇ ਪਾਸੇ ਘੁਮਾ ਕੇ ਦੇਖਿਆ ਤੇ ਕਿਹਾ ਭਾਈ ਪ੍ਰੇਮੀਆਂ ਤੂੰ ਇਹ ਲੈ ਜਾ ਇਹ ਤਾਂ ਕੱਟਣ ਵਾਲੀ ਤੇ ਚੀਰ ਫਾੜ ਕੱਟਣ ਵਾਲੀ ਚੀਜ਼ ਹੈ ਤੇ ਸਾਡਾ ਕੰਮ ਕੱਟਣਾ ਤੋੜਨਾ ਨਹੀਂ ਸਗੋ ਜੋੜਨਾ ਹੈ ਤੂੰ ਮੈਨੂੰ ਇਸ ਦੀ ਥਾਂ ਇੱਕ ਨਿੱਕੀ ਜਹੀ ਸੂਈ ਲਿਆ ਕੇ ਦੇ ਤਾਂ ਕਿ ਮੈਂ ਪਾਟਿਆਂ ਨੂੰ ਜੋੜ ਸਕਾਂ ਅੱਡੋ ਆਰਡਰ ਨਿਖੜੇ ਦਿਲਾਂ ਨੂੰ ਪ੍ਰੀਤ ਪਿਆਰ ਦੇ ਤਾਗੇ ਵਿੱਚ ਪਰੋ ਸਕਾਂ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਜਮਾਨਾ ਦਬੈਸ਼ ਤੇ ਨਫ਼ਰਤ ਦਾ ਸੀ ਮੰਗੋਲਾਂ ਤੇ ਹਮਲਿਆਂ ਨੇ ਮੰਗੋਲਾਂ ਦੇ ਹਮਲਿਆਂ ਨੇ ਹਾਹਾਕਾਰ ਮਚਾਈ ਹੋਈ ਸੀ ਇਹਨਾਂ ਨੇ ਸਿੰਧ, ਮੁਲਤਾਨ ਤੇ ਲਾਹੌਰ ਤੱਕ ਕਬਜ਼ਾ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਇਤਿਹਾਸਕਾਰਾਂ ਅਨੁਮਾਨ ਲਾਇਆ ਕਿ ਜਾਵਰ ਮੰਗੋਲਾਂ ਨੇ ਲਗਭਗ 80 ਲੱਖ ਬੰਦਿਆਂ ਦਾ ਕਤਲ ਕੀਤਾ ਇਹ ਖੁੰਨੀ ਹਾਲਾਤ ਦੱਸਦੇ ਹਨ ਕਿ ਉਸ ਸਮੇਂ ਮਨੁੱਖੀ ਜੀਵਨ ਦੀ ਕੀ ਕਦਰ ਕੀਮਤ ਸੀ ਪਰ ਜਇਹੇ ਪਿਹੜੇ ਤੇ ਖੁੰਨੀ ਵਾਤਾਵਰਣ ਵਿੱਚ ਬਾਬਾ ਫਰੀਦ ਜੀ ਇਹ ਸੰਦੇਸ਼ ਦੇ ਰਹੇ ਹਨ ਦੇ ਰਹੇ ਸਨ ਕਿ ਸਭਨਾ ਅੰਦਰ ਰੱਬ ਵੱਸਦਾ ਹੈ ਤੇ ਸਾਰੇ ਇਨਸਾਨ ਮਾਨਕ ਮੋਤੀ ਹਨ ਤੇ ਸਭ ਦਾ ਬਰਾਬਰ ਸਤਿਕਾਰ ਕਰਨਾ ਹੀ ਸਾਡਾ ਪਵਿੱਤਰ ਫਰਜ਼ ਹੈ ਕਿਸੇ ਨੂੰ ਮੰਦਾ ਬੋਲ ਬੋਲਣਾ ਠੀਕ ਨਹੀਂ ਇੱਕ ਫਿੱਕਾ ਨਾ ਗਲਾਈ ਸਬਨਾ ਮੈਂ ਸੱਚਾ ਧਣੀ ਹਿਆਉ ਨਾ ਕਹੀ ਠਾਹਾ ਮਾਨਕ ਸਭ ਅਮੁੱਲ ਵੀ ਧਰਮ ਦੇ ਨਾਂ ਤੇ ਮੁਲਾਣੇ ਜਾਂ ਫਕੀਰ ਪਰਪੱਚ ਕਰਦੇ ਸਨ ਉਹ ਵੀ ਬਾਬਾ ਫਰੀਦ ਜੀ ਨੂੰ ਪਸੰਦ ਨਹੀਂ ਸੀ ਉਹ ਨਮਾਜ਼ਾਂ ਰੋਜ਼ੇ ਵਗੈਰਾ ਦਾ ਫਰਜ਼ ਪੂਰਾ ਕਰਦੇ ਸਨ ਪਰ ਜੇ ਕੋਈ ਇਹ ਸ਼ਰਾ ਸ਼ਰੀਅਤ ਨਿਭਾਉਂਦਾ ਅੰਦਰੋਂ ਸੱਚਾ ਸੁੱਚਾ ਨਹੀਂ ਸੀ ਤਾਂ ਉਹ ਵੀ ਉਹਨਾਂ ਦੀ ਨਾਜ਼ਰ ਵਿੱਚ ਪ੍ਰਵਾਨ ਨਹੀਂ ਸੀ ਉਹਨਾਂ ਸਾਫ਼ ਲਿਖਿਆ ਹੈ ਕਿ ਜੇ ਕੋਈ ਬੰਦਗੀ ਲਈ ਮਸੱਲਾ ਚੱਕੀ ਫਿਰੇ ਤੇ ਦਿਖਾਵੇ ਲਈ ਕਾਲੇ ਸੂਫ ਦੇ ਕੱਪੜੇ ਵੀ ਪਾ ਲਵੇ ਤਾਂ ਅਜਿਹਾ ਕਰਕੇ ਰੱਬੀ ਦਰਵੇਸ਼ ਨਹੀਂ ਬਣ ਜਾਂਦਾ ਉਹ ਤਾਂ ਸਗੋ ਹਨੇਰ ਟੁੰਦਾ ਹੈ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤ ਗੁੜ ਬਾਤ ਬਾਹਰ ਦੇ ਸੇ ਚੰਨਨ ਦਿਲ ਅੰਧਿਆਰੀ ਰਾਤ ਕੁਝ ਅਣਜਾਣ ਲੋਕਾਂ ਇਹ ਵੀ ਲਿਖਿਆ ਹੈ ਕਿ ਬਾਬਾ ਫਰੀਦ ਜੀ ਦਿੱਲੀ ਦੇ ਬਾਦਸ਼ਾਹਾਂ ਦੇ ਹਮੈਤੀ ਸਨ ਤੇ ਚੰਗੇ ਅਮੀਰ ਸਨ ਲੇਕਿਨ ਤਰੀਖ ਤੋਂ ਇਸ ਦੀ ਪੁਸ਼ਟੀ ਨਹੀਂ ਹੁੰਦੀ ਇੱਕ ਵਾਰ ਸੁਲਤਾਨ ਸੁਲਤਾਨ नासिरुद्दीन मोहम्मद ਨੇ ਆਪਣਾ ਵਜ਼ੀਰ ਅਲਗ ਖਾਂ ਪੇਜ ਕੇ ਜ਼ਗੀਰ ਦਾ ਪਟਾ ਤੇ ਕੁਝ ਨਗਦ ਰਕਮ ਆਪਾਸ ਭੇਜੀ। ਨਗਦੀ ਤਾਂ ਆਪਨੇ ਲੈ ਕੇ ਉਸ ਸਮੇਂ ਦਰਵੇਸ਼ਾਂ ਵਿੱਚ ਵੰਡ ਦਿੱਤੀ ਤੇ ਜ਼ਗੀਰ ਦਾ ਸ਼ਾਹੀ ਪਰਵਾਨਾ ਵਾਪਸ ਮੋੜ ਕੇ ਕਿਹਾ ਸੁਲਤਾਨ ਸਾਨੂੰ ਇਹ ਦੇਖ ਕੇ ਸਾਡੇ ਉੱਤੇ احسان ਕਰਦਾ ਜਾਪਦਾ ਹੈ ਜਦੋਂ ਕਿ ਸਾਡਾ ਅਸਲ ਜਦੋਂ ਕਿ ਸਾਡਾ ਅਸਲ ਅਨਦਾਤਾ ਰੱਬ ਸਾਨੂੰ ਬਿਨਾਂ ਕੋਈ احਸਾਨ ਜਤਾਏ ਲਗਾਤਾਰ ਰਿਜਕ ਦੇ ਹੀ ਜਾਂਦਾ ਹੈ। ਇਸ ਤਰ੍ਹਾਂ ਇੱਕ ਇੱਕ ਵਾਰ ਦੀ ਗੱਲ ਹੈ ਕਿ ਇੱਕ ਗਰੀਬ ਬੰਦਾ ਆ ਕੇ ਆਖਣ ਲੱਗਾ ਕਿ ਮੈਨੂੰ ਬਾਦਸ਼ਾਹ ਬਲਬਨ ਬਲ ਇੱਕ ਸਿਪਾਰਸ਼ੀ ਰੁੱਕਾ ਸਿਪਾਰਸ਼ੀ ਰੁੱਕਾ ਲਿਖ ਦੇਓ ਤਾਂ ਕਿ ਮੈਂ ਉਹਨਾਂ ਤੋਂ ਕੋਈ ਮਾਲੀ ਇਮਦਾਦ ਲੈ ਸਕਾਂ ਬਾਬਾ ਫਰੀਦ ਜੀ ਬਾਬਾ ਫਰੀਦ ਨੂੰ ਉਸ ਨਿਮਾਣੇ ਦੀ ਅਰਜ਼ੋ ਸੁਣਾ ਕੇ ਦਇਆ ਆ ਗਈ ਤੇ ਬਾਦਸ਼ਾਹ ਨੂੰ ਲਿਖਿਆ ਜੇ ਤੂੰ ਇਸ ਲੋੜਵੰਦ ਨੂੰ ਕੁਝ ਦੇ ਸਕੇ ਤਾਂ ਇਹੋ ਖਿਆਲ ਕੀਤਾ ਜਾਵੇਗਾ ਕਿ ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ ਇਹ ਗੱਲਾਂ ਦੱਸਦੀਆਂ ਹਨ ਇਹ ਗੱਲਾਂ ਦੱਸਦੀਆਂ ਹਨ ਕਿ ਉਹ ਵੱਡੇ ਬਾਦਸ਼ਾਹਾਂ ਦੀ ਵੀ ਕੋਈ ਪਰਵਾਹ ਨਹੀਂ ਸੀ ਕਰਦੇ ਤੇ ਆਜ਼ਾਦ ਜੀਵਨ ਬਸਰ ਕਰਦੇ ਸਨ ਮੁ슬ਮ ਫਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਤੇ ਇਹਨਾਂ ਨੂੰ ਰੋਹਾਨੀ ਬੜੀਾਈ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਪਰ ਬਾਬਾ ਫਰੀਦ ਅਜਿਹੀਆਂ ਗੱਲਾਂ ਪਸੰਦ ਨਹੀਂ ਕਰਨ ਕਰਦੇ ਇੱਕ ਵਾਰ ਸ਼ੇਖ ਫਰੀਦ ਤੇ ਸ਼ੇਖ ਬਹਾਉਦੀਨ ਸ਼ੇਰ ਕਰਦੇ ਦੂਰ ਨਿਕਲ ਗਏ ਤੇ ਰਾਹ ਵਿੱਚ ਚਰਚਾ ਛੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ ਬਾਬਾ ਫਰੀਦ ਇਨਸਾਨੀ ਮੁਲਾਕਾਤ ਨੂੰ ਵੱਡਾ ਕਹਿੰਦੇ ਸਨ ਤੇ ਬਹਾਉਦੀਨ ਕਰਾਮਾਤ ਨੂੰ ਜਦੋਂ ਦੋਵੇਂ ਦਰवेश ਚਲਦੇ-ਚਲਦੇ ਨਗਰ ਪਾਸ ਪਹੁੰਚੇ ਤਾਂ ਸਖਤ ਮੀਂਹੇਰੀ ਆ ਗਈ ਤੇ ਤੂਫਾਨ ਝੂਲਣ ਲੱਗਾ ਬਾਬਾ ਫਰੀਦ ਹੱਸ ਕੇ ਕਹਿਣ ਲੱਗੇ ਸ਼ੇਖ ਜੀ ਹੁਣ ਵਕਤ ਹੈ ਕਰਾਮਾਤ ਦਿਖਾਓ ਤਾਂ ਕਿ ਆਫਤ ਤੋਂ ਬਚਾਅ ਹੋ ਸਕੇ ਸ਼ੇਖ ਬਹਾਉਦੀਨ ਦਾ ਜਵਾਬ ਸੀ ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ ਮੈਂ ਕੀ ਕਰ ਸਕਦਾ ਹਾਂ ਸ਼ੇਖ ਫਰੀਦ ਜੀ ਨੇ ਕਿਹਾ ਇਸ ਮਿੰਡ ਵਿੱਚ ਕੋਈ ਇੱਕ ਗਰੀਬ ਬढ़ा ਜਿਹਾ ਬੰਦਾ ਹੈ ਜੋ ਕਿ ਸਾਡਾ ਮੇਲੀ ਮੁਲਾਕਾਤੀ ਹੈ ਜਾਣ ਪਛਾਣੂ ਹੈ ਆਪਾਂ ਉਸ ਪਾਸ ਚੱਲਦੇ ਹਾਂ ਦੋਵੇਂ ਉਸ ਦੇ ਕਰ ਚਲੇ ਗਏ ਉਸ ਨੇ ਆਦਰ ਨਾਲ ਫਕੀਰਾਂ ਨੂੰ ਸਫਤ ਤੇ ਬਿਠਾਇਆ ਅਗਵਾਲ ਕੇ ਪਾਣੀ ਗਰਮ ਕੀਤਾ ਤੇ ਹੱਥ ਪੈਰ ਤਵਾ ਕੇ ਸਰਦਾ ਬਣਦਾ ਭੋਜਨ ਖਵਾਇਆ ਅਖੀਰ ਇਸ ਪ੍ਰੇਮੀ ਜੋੜੇ ਨੇ ਆਰਾਮ ਲਈ ਕਪੜੇ ਵੀ ਵਿਛਾ ਦਿੱਤੇ ਕਪੜੇ ਵੀ ਵਿਛਾ ਦਿੱਤੇ ਦੋਵੇਂ ਫਕੀਰ ਇਸ ਪ੍ਰਾਹਣਚਾਰੀ ਤੇ ਬੜੇ ਖੁਸ਼ ਹੋਏ ਸ਼ੇਖ ਫਰੀਦ ਹੱਸ ਕੇ ਕਹਿਣ ਲੱਗੇ ਦੱਸੋ ਸ਼ੇਖ ਜੀ ਕਿਸ ਗੱਲ ਇਸ ਚੀਜ਼ ਵਿੱਚ ਵਡਿਆਈ ਹੈ ਬਹਾਉਦੀਨ ਦਾ ਜਵਾਬ ਸੀ ਕਿ ਤੁਹਾਡੀ ਗੱਲ ਠੀਕ ਹੈ ਕਰਾਮਤ ਨਾਲੋਂ ਮੁਲਾਕਾਤ ਸੱਚਮੁੱਚ ਵੱਡੀ ਹੈ ਬਾਬਾ ਫਰੀਦ ਵੱਡ ਪਰਿਵਾਰਿਕ ਗ੍ਰਹਿਸਤੀ ਪੁਰਸ਼ ਸਨ ਆਪ ਦੀਆਂ ਤਿੰਨ ਸ਼ਾਦੀਆਂ ਸਨ ਜਿਨ੍ਹਾਂ ਤੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ ਆਪ ਦੇ ਪੁੱਤਰ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸਨ ਤੇ ਇੱਕ ਸਰਕਾਰੀ ਨੌਕਰੀ ਵਿੱਚ ਸੀ ਪੁੱਤਰਾਂ ਨੂੰ ਖਿਆਲ ਸੀ ਕਿ ਚਿਸ਼ਤੀ ਫਿਰਕੇ ਦੀ ਗੱਦੀ ਖਾਨਦਾਨੀ ਤੌਰ ਤੇ ਸਾਨੂੰ ਮਿਲ ਹੀ ਜਾਵੇਗੀ ਲੇਕਿਨ ਬਾਬਾ ਫਰੀਦ ਨੇ ਅੰਤ ਸਮੇਂ ਆਪਣਾ ਮੁਸੱਦਰਾ ਤੇ ਤਸਬੀਹ ਮਾਲਾ ਸਯਦ ਮਹਿਮੂਦ ਕਿਆਨੀ ਦੇ ਹੱਥਾ شیخ ਨizamuddin ਪਾਸ ਦਿੱਲੀ ਭੇਜ ਕੇ ਉਸ ਨੂੰ ਆਪਣਾ ਜਾਨਸ਼ੀਨ ਨਿਸ਼ਾਪ ਦਿੱਤਾ ਇਸ ਤੋਂ ਜਾਹਿਰ ਹੈ ਕਿ ਆਪ ਦੇ ਦਿਲ ਵਿੱਚ ਆਪਣੇ ਪਰਿਵਾਰ ਦੀ ਵੀ ਬਹੁਤੀ ਖਿੱਚ ਨਹੀਂ ਸੀ ਉਹ ਜਿਸ ਨੂੰ ਰਹਾਣੀ ਤੌਰ ਤੇ ਉੱਤਮ ਸਮਝਦੇ ਸਨ ਉਸੇ ਨੂੰ ਉਹਨਾਂ ਗੱਦੀ ਦਿੱਤੀ ਬੜਾ ਪੇ ਸਮੇਂ ਆਪ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਇਸ ਕਰਕੇ ਉਹ ਡੰਗੋਰੀ ਫੜ ਕੇ ਤੁਰਨ ਲੱਗ ਪਏ ਪਰ ਉਹ ਪਰ ਇਹ ਹੀ ਗੱਲ ਉਹਨਾਂ ਨੂੰ ਉਂਝ ਚੰਗੀ ਨਹੀਂ ਸੀ ਲੱਗਦੀ ਇੱਕ ਦਿਨ ਅਜਿਹਾ ਰੋ ਆਇਆ ਕਿ ਸੋਟੀ ਦੂਰ ਵਗਾ ਕੇ ਮਾਰੀ ਕਹਿਣ ਲੱਗੇ ਮੈਂ ਅੱਛਾ ਨਹੀਂ ਕੀਤਾ ਕਿ ਇੱਕ ਅੱਲਾ ਤੋਂ ਬਗੈਰ ਕਿਸੇ ਹੋਰ ਤੇ ਭਰੋਸਾ ਕੀਤਾ ਤੇ ਕਿਸੇ ਫਕੀਰ ਨੂੰ ਤਾਂ ਬਿਲਕੁਲ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦਾਸੀ ਉਹਨਾਂ ਦਾ ਇਲਾਹੀ ਇਤਕਾਦ ਅਖੀਰ 15 ਅਕਤੂਬਰ 1265 ਈਸਵੀ ਨੂੰ ਪਾਕਪਟਨ ਵਿੱਚ ਹੀ ਆਪ ਦਾ ਦੇਹਾਂਤ ਹੋਇਆ ਇੱਥੇ ਆਪ ਦਾ ਮਕਬਰਾ ਬਣਿਆ ਹੋਇਆ ਹੈ ਤਨਾ ਦੇਹਾਤ ਕਦੋਂ ਹੋਇਆ 15 ਅਕਤੂਬਰ 1235 ਈਸਵੀ ਨੂੰ ਤੇ ਕਿਹੜੀ ਜਗ੍ਹਾ ਤੇ ਪਾਕਪਟਨ ਤਾਂ ਬੱਚਿਓ ਇਸ ਪਾਠ ਦੀ ਕਹਾਣੀ ਪੂਰੀ ਹੋ ਚੁੱਕੀ ਹੈ ਪ੍ਰਸ਼ਨ ਉੱਤਰ ਤੁਸੀਂ ਕਾਪੀਆਂ ਉੱਪਰ ਨੋਟ ਕਰ ਸਕਦੇ ਹੋ ਵੀਡੀਓ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜੋ ਲਿੰਕ ਆ ਉਸ ਤੇ ਕਲਿੱਕ ਕਰਕੇ ਮਿਲ ਜਾਵੇਗੀ ਪ੍ਰਸ਼ਨ ਉੱਤਰ ਦੀ ਅਗਲੀ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ